ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ। ਉਹ ਅਦਾਕਾਰਾ ਬੀਬੀ ਦੀ ਜਿਹੜੀ ਹਰ ਇੱਕ ਮਾਮਲੇ ਤੇ ਬੜੀ ਐਕਟਿਵ ਰਹਿੰਦੀ ਹੈ, ਉਹਨੇ ਹੁਣ ਦਲਜੀਤ ਦੋਸਾਂਝ ਤੇ ਵਾਰ ਕੀਤਾ। ਕੰਗਣਾ ਰਣੌਤ ਦੀ ਗੱਲ ਕਰ ਰਹੇ ਹਾਂ। ਨਹੀਂ ਦੇਖੋ, ਕੰਗਨਾ ਰਣੌਤ ਤਾਂ ਤੁਹਾਨੂੰ ਪਤਾ ਇਹੋ ਜਿਹੇ ਮਾਮਲੇ ਦੇ ਵਿੱਚ ਉਹਨੇ ਸੁਰਖੀਆਂ ਬਟੋਰਨੀਆਂ ਹੁੰਦੀਆਂ। ਫਿਲਮ ਇਹਦੀ ਚੱਲ ਨਹੀਂ ਰਹੀ, ਕੋਈ ਕੰਮ ਕੋਈ ਬਹੁਤਾ ਹੈ ਨਹੀਂ ਗਾ। ਉਹ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਸਿੰਘ ਅੜਾ ਲੈ, ਬਸ ਮਾੜੀ ਮੋਟੀ ਉਹ ਪਾ ਲਈ, ਥੋੜੀ ਜਿਹੀ ਤਵੱਜੋ ਪਾ ਲਈ ਤੇ ਇਹੀ ਕਹਾਣੀ ਹੈ। ਹੋਰ ਇਹਦੇ ਚ ਕੀ ਆ? ਦੇਖੋ ਗੱਲ ਕੀ ਆ ਕਿ ਨਾ ਤਾਂ ਦਲਜੀਤ ਦੋਸਾਂਝ ਖਾਲਿਸਤਾਨੀ ਹੈ, ਨਾ ਕੰਗਣਾ ਰਣੌਤ ਜਿਹੜੀ ਹੈ ਕਿ ਉਹ ਏਡੀ ਵੱਡੀ ਰਾਸ਼ਟਰਵਾਦੀ ਹੈ ਕਿ ਉਹ ਹਰੇਕ ਨੂੰ ਮਤਾਂ ਦੇਵੇ। ਮਤਲਬ ਕਿ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ, ਉਹ ਇੱਕ ਤਰਫਾ ਉਹਦਾ ਝੁਕਾ ਹੈ, ਇੱਕ ਤਰਫਾ ਝੁਕਾ ਵਨ ਸਾਈਡਡ ਹੈ। ਤਾਂ ਉਹ ਤਾਂ ਮੇਰੇ ਖਿਆਲ ਦੇ ਨਾਲ ਰਾਸ਼ਟਰਵਾਦੀ ਕੁਛ ਹੱਦ ਤੱਕ ਕਹਿ ਲਓ ਕਿ ਇੱਜ਼ਤ ਵਾਲਾ ਸ਼ਬਦ ਹੁੰਦਾ ਹੈ, ਇਹ ਤੇ ਉਹਨਾਂ ਤੋਂ ਬਹੁਤ ਥੱਲੇ ਹੈ। ਕਿਉਂਕਿ ਇਹਨੇ ਸਾਹਮਣੇ ਵਾਲੇ ਦਾ ਮਜ਼ਹਬ ਦੇਖਣਾ, ਸਾਹਮਣੇ ਵਾਲੇ ਦੀ ਆਈਡੀਓਲੋਜੀ ਦੇਖਣੀ ਹੈ, ਸਾਹਮਣੇ ਵਾਲੇ ਦੀ ਇੱਜ਼ਤ ਨਹੀਂ ਦੇਖਣੀ, ਸਾਹਮਣੇ ਵਾਲੇ ਦੀ ਉਮਰ ਨਹੀਂ ਦੇਖਣੀ। ਇਹਨੇ ਤੇ 90 ਸਾਲ ਦੀ ਬਜ਼ੁਰਗ ਨਹੀਂ ਬਖਸ਼ੀ। ਤੋ ਇਹਦੀਆਂ ਗੱਲਾਂ ਕੀ ਗੱਲਾਂ ਨੇ? ਤਾਂ ਹੁਣ ਇਹਨੇ ਦਲਜੀਤ ਦੋਸਾਂਝ ਵਾਸਤੇ ਕਹਿ ਲਓ ਕਿ ਇੱਕ ਪੋਸਟ ਪਾਈ ਆ, ਚੇਤਾਵਨੀ ਜਾਰੀ ਕੀਤੀ ਹੈ ਕਿ ਤੇਰੀ ਵਾਰੀ ਆ ਸਕਦੀ ਹੈ। ਜਦਕਿ ਦੇਖੋ ਦਲਜੀਤ ਦੋਸਾਂਝ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਆਰਟਿਸਟ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ, ਠੀਕ ਹੈ। ਇਹ ਪਹਿਲਾਂ ਵੀ ਕਹਿ ਚੁੱਕਾ ਦਲਜੀਤ ਦੋਸਾਂਝ ਕਿ ਮੈਂ ਤਾਂ ਬਾਈ ਮਤਲਬ ਕਿ ਟੈਕਸ ਪੇਅਰ ਆ, ਦੇਸ਼ ਦੇ ਕੰਮ ਆਉਣ ਵਾਲਾ ਬੰਦਾ, ਸਭਨਾਂ ਨੂੰ ਪਤਾ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਐਵੇਂ ਜੋੜੀ ਜਾਣੀਆਂ ਕਿ ਹੁਣ ਤੇਰੀ ਵਾਰੀ ਆ ਸਕਦੀ ਹੈ, ਇਨਡਾਇਰੈਕਟ ਵੇ ਨਾਲ ਇਹ ਕਹਿਣਾ ਕਿ ਪੁਲਿਸ ਮਗਰ ਲੱਗੀ ਹੋਈ ਹੈ, ਇਹ ਬੇਵਕੂਫਾਨਾ ਗੱਲਾਂ ਨੇ। ਮੇਰਾ ਮੰਨਣਾ ਇਹ ਆ ਕਿ ਦੇਖੋ ਜਿਹੜਾ ਇਸ ਤਰ੍ਹਾਂ ਚਿੜਾਇਆ ਜਾਣਾ ਹੈ, ਜਿਹੜਾ ਇਸ ਤਰ੍ਹਾਂ ਮਜ਼ਾਕ ਉਡਾਇਆ ਜਾਣਾ, ਇਹ ਠੀਕ ਨਹੀਂ ਹੈ। ਚਾਹੇ ਤੁਸੀਂ ਵਿਚਾਰਧਾਰਕ ਵਿਰੋਧੀ ਹੋ, ਚਾਹੇ ਜਿੱਡੇ ਮਰਜ਼ੀ ਤੁਸੀਂ ਰਾਸ਼ਟਰਵਾਦੀ ਹੋ, ਠੀਕ ਹੈ। ਜਿਹੜੀ ਗੱਲ ਜੈਨੀਓਨ ਹੈ ਜੈਨੀਓਨ ਕਰੋ, ਅੰਮ੍ਰਿਤਪਾਲ ਸਿੰਘ ਦੀ ਮੁਖਾਲਫਤ ਕਰਨੀ ਹੈ ਤੁਸੀਂ ਕਰੋ, ਕਰੀ ਚੱਲੋ, ਕੋਈ ਚੱਕਰ ਨਹੀਂ ਹੈ। ਪਰ ਐਵੇਂ ਮਤਲਬ ਕਿ ਕਿਸੇ ਉਸ ਸਿੱਖ ਧਰਮ ਦੇ ਵੱਡੇ ਆਰਟਿਸਟ ਨੂੰ ਟਾਰਗੇਟ ਕਰਨ ਵਾਸਤੇ ਤੁਸੀਂ ਏਦਾਂ ਦੀਆਂ ਗੱਲਾਂ ਕਰੋ ਤੇ ਠੀਕ ਨਹੀਂ ਹੈ, ਜਾਇਜ਼ ਨਹੀਂ ਹੈ, ਚੰਗੀਆਂ ਗੱਲਾਂ ਨਹੀਂ ਹੈ। ਤੇ ਨਾ ਹੀ ਇਸ ਵੇਲੇ ਚਿੜਾਉਣਾ ਚਾਹੀਦਾ ਕਿਸੇ ਨੂੰ। ਹੋ ਸਕਦਾ ਕਿਸੇ ਦਾ ਜਜ਼ਬਾਤ ਕਿਸੇ ਨਾਲ ਜੁੜਿਆ ਹੋਵੇ, ਕਿਸੇ ਦਾ ਸਮਰਥਨ ਕਿਸੇ ਨਾਲ ਜੁੜਿਆ ਹੋਵੇ। ਤੁਸੀਂ ਚੰਗੀ ਨਹੀਂ ਕਰ ਸਕਦੇ, ਮਾੜੀ ਨਾ ਕਰੋ, ਮਾੜੀ ਨਾ ਕਰੋ। ਪਰ ਗੱਲ ਇਹ ਆ ਕਿ ਇਹ ਚੀਜ਼ਾਂ ਸਾਡੇ ਕਹਿਣ ਦੀਆਂ ਨੇ, ਇਹ ਸਾਡੇ ਕਹਿਣ ਦੀਆਂ ਨੇ। ਹੇਠਾਂ ਫੇਸਬੁੱਕ ਤੇ ਜਾ ਕੇ ਵੇਖ ਲਓ ਤੇ ਸਾਰਾ ਕੁਛ ਹੀ ਚੱਲੀ ਜਾਂਦਾ, ਹਾਲੇ ਵੀ ਗਾਲਾਂ ਕੱਢਣ ਇੱਕ ਦੂਜੇ ਨੂੰ ਨਹੀਂ ਹਟਦੇ। ਬਹੁਤ ਕੁਛ ਜਿਹੜਾ ਖੁੱਲਿਆ ਜਿਹੜਾ ਕੋਈ ਮਜ਼ਾਕ ਬਣਾਉਂਦਾ ਤਾਂ ਦੂਸਰਾ ਗਾਲਾਂ ਕੱਢਦਾ ਹੈ, ਕੋਈ ਕਿਸੇ ਨੂੰ ਰਾਸ਼ਟਰਵਾਦਤਾ ਦੇ ਨਾਮ ਤੇ ਬੁਰਾ ਭਲਾ ਕਹਿੰਦਾ, ਕੋਈ ਕਿਸੇ ਨੂੰ ਖਾਲਿਸਤਾਨ ਦੇ ਨਾਮ ਤੇ ਬੁਰਾ ਭਲਾ ਕਹੀ ਜਾਂਦਾ। ਤੇ ਗੱਲ ਇਹ ਆ ਕਿ ਜੋ ਸਰਕਾਰ ਨੇ ਕਰਨਾ ਉਹ ਸਰਕਾਰ ਫਿਰ ਕਰ ਰਹੀ ਹੈ, ਇੱਕ ਤੇ ਮੁੱਦੇ ਜਿਹੜੇ ਆ ਸਾਈਡ ਲਾਈਨ ਆ, ਦੂਜਾ ਜਿਹੜਾ ਉਹਨੇ ਕੰਮ ਕਰਨਾ ਉਹ ਫਿਰ ਕਰੀ ਜਾ ਰਹੀ ਹੈ।